Hat sich das mit der ਕਈ ਮੰਜ਼ਿਲ ਵੱਲ ਤੁਰਦੇ ਹੀ ਨਹੀਂ ਕਈ ਮੰਜ਼ਿਲ ਵੱਲ ਤੁਰਦੇ ਹੀ ਨਹੀਂ ਕਿ ਅੱਧ ਵਾਟੇ ਤੋਂ ਮੁੜ ਆਉਂਦੇ ਨੇ। ਮੰਜ਼ਿਲ ਉਹਨਾਂ ਦੇ ਕਦਮ ਆਪ ਚੁੰਮਦੀ ਹੈ ਜੋ ਆਪਣੇ ਰਸਤੇ ਆਪ ਬਣਾਉਂਦੇ ਨੇ। ਸਤਿ ਸ਼੍ਰੀ ਅਕਾਲ, ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਦੱਸਿਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਸਾਥੀਓ, ਕਿਹਾ ਜਾਂਦਾ ਹੈ ਕਿ ਐਕਸੀਲੈਂਸ ਇਜ਼ ਅ ਕੰਟੀਨਿਊਸ ਪ੍ਰੋਸੈਸ, ਨਾਟ ਐਨ ਐਕਸੀਡੈਂਟ। ਜੇ ਤੁਸੀਂ ਐਕਸੀਲੈਂਸ 'ਤੇ ਪਹੁੰਚਣਾ ਹੈ ਤਾਂ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ। ਛੋਟੇ ਛੋਟੇ ਕਦਮ ਜਿਹੜੇ ਹੁੰਦੇ ਆ ਉਹ ਪ੍ਰੋਗਰੈਸ ਦਿੰਦੇ ਆ, ਔਰ ਜਦੋਂ ਤੁਸੀਂ ਛੋਟੇ ਛੋਟੇ ਕਦਮਾਂ 'ਤੇ ਪ੍ਰੋਗਰੈਸ ਲੈਂਦੇ ਹੋ ਤਾਂ ਰਿਜ਼ਲਟ ਬਹੁਤ ਵੱਡਾ ਹੋ ਜਾਂਦਾ ਹੈ, ਰਿਜ਼ਲਟ ਬਹੁਤ ਵੱਡੀ ਤਬਦੀਲੀ 'ਚ ਆਉਂਦਾ। ਇਹੀ ਕੱਲ੍ਹ ਹੋਇਆ, ਕੱਲ੍ਹ 10ਵੀਂ ਸ਼੍ਰੇਣੀ ਦਾ ਰਿਜ਼ਲਟ ਆਇਆ, ਨਤੀਜਾ ਐਲਾਨਿਆ ਗਿਆ। ਇੱਕ ਵਾਰ ਫਿਰ ਤੋਂ ਧੀਆਂ ਨੇ ਬਾਜ਼ੀ ਮਾਰੀ ਹੈ, ਲੜਕੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ, ਦੂਜੇ, ਤੀਜੇ ਸਥਾਨ 'ਤੇ ਲੜਕੀਆਂ ਆਈਆਂ ਹਨ, ਔਰ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਨਵੇਂ ਸ਼ਹਿਰ 'ਚੋਂ ਮਾਨਸੀ ਨੇ ਜਿਹੜਾ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾਇਆ, ਔਰ ਪ੍ਰਕਾਸ਼ ਮਾਡਲ ਸਕੂਲ ਦੀ ਇਹ ਵਿਦਿਆਰਥਣ ਹੈ, ਸਾਡੇ ਨਾਲ ਮੌਜੂਦ ਹੈ। ਮਾਨਸੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸਰ। ਫੀਲ ਕਿਵੇਂ ਹੋ ਰਿਹਾ ਅੱਜ? ਤੁਸੀਂ ਸਾਇਲੈਂਟ ਬਹੁਤ ਹੋ, ਨਹੀਂ ਤਾਂ ਵਿਕਟਰੀ ਤੋਂ ਬਾਅਦ ਤਾਂ ਬੰਦਾ ਝੂਮ ਉੱਠਦਾ ਹੈ। ਸਰ, ਥੋੜ੍ਹੇ ਨਰਵਸ ਹੂੰ, ਪਰ ਬਹੁਤ ਅੱਛਾ ਲੱਗ ਰਿਹਾ ਹੈ, ਕਾਫੀ ਪ੍ਰਾਊਡ ਫੀਲ ਹੋ ਰਿਹਾ ਹੈ। ਪ੍ਰਾਊਡ ਤਾਂ ਸਾਨੂੰ ਫੀਲ ਹੋ ਰਿਹਾ ਨਾ ਕਿ ਸਾਡੀ ਮਾਨਸੀ ਨੇ ਸਾਡਾ ਮਾਣ ਵਧਾਇਆ। ਦੇਖੋ, ਪ੍ਰਕਾਸ਼ ਮਾਡਲ ਸਕੂਲ ਦਾ ਨਾਮ ਆਪ ਹੀ ਰੋਸ਼ਨੀ ਹੈ, ਔਰ ਤੁਸੀਂ ਸਾਡਾ ਨਾਮ ਰੋਸ਼ਨ ਵੀ ਕਰ ਦਿੱਤਾ। ਕੀ ਕਹੋਗੇ, ਕਿੰਨੀ ਮਿਹਨਤ ਕਰਦੇ ਸੀ ਮਾਨਸੀ? ਸਰ, ਮਿਹਨਤ ਤਾਂ ਆਲਮੋਸਟ ਥੋੜੀ ਬਹੁਤੀ ਕਰਨੀ ਸੀ, ਪਰ ਇਦਾਂ ਨਾ ਕੋ ਥੋੜੀ ਬਹੁਤੀ, ਬਾਕੀ ਵੀ ਥੋੜੀ ਬਹੁਤੀ ਕਰਨ ਲੱਗ ਪਏ, ਬਾਕੀਆਂ ਨੇ ਫੇਲ ਹੋ ਜਾਣਾ। ਐਸੇ ਤੋਂ ਆਲਮੋਸਟ। ਮੈਨੂੰ ਇੱਕ ਗੱਲ ਦੱਸੋ, ਮਾਨਸੀ ਕਲੌਕ ਦੇਖ ਕੇ ਪੜ੍ਹਦੀ ਸੀਗੀ ਕਿ ਵੈਸੇ ਹੀ ਪੜ੍ਹਦੀ ਸੀ? ਕਿਉਂਕਿ ਕਈ ਵੇਲੇ ਬੱਚੇ ਕਹਿੰਦੇ ਨਾ ਮੈਂ ਬਸ 1 ਘੰਟਾ ਹੋਰ ਪੜ੍ਹਨਾ ਜਾਂ 2 ਘੰਟੇ ਹੋਰ ਪੜ੍ਹਨਾ। ਕਿੰਨੀ ਦੇਰ ਮਾਨਸੀ ਪੜ੍ਹਦੀ ਸੀ? ਟਾਈਮ ਫਿਕਸ ਰਹਿੰਦਾ ਥਾ। ਟਾਈਮ ਟੇਬਲ ਫਿਕਸ ਰਹਿੰਦਾ ਸੀ? ਯੈਸ ਸਰ। ਮਤਲਬ ਅੱਛੇ ਰਿਜ਼ਲਟ ਦਾ ਇਹੀ ਮੰਤਰ ਹੈ ਕਿ ਟਾਈਮ ਟੇਬਲ ਫਿਕਸ ਰੱਖੋ। ਟਾਈਮ ਫਿਕਸ ਰੱਖੋ ਔਰ ਕੰਸਿਸਟੈਂਸ। ਹਾਂ, ਬੈਕ ਟੂ ਬੈਕ। ਯੈਸ, ਕੰਸਿਸਟੈਂਸੀ ਰੱਖੋ। ਤੇ ਫਿਰ ਤੁਹਾਡੇ ਜਿਹੜੇ ਮੈਂਟੋਰ ਨੇ ਇੱਥੇ ਸਕੂਲ ਵੱਲੋਂ ਕਿੰਨੇ ਐਫਰਟ ਰਹੇ ਆ? ਸਰ, ਟੀਚਰਸ ਨੇ ਤਾਂ ਮੇਰੀ ਬਹੁਤ ਹੈਲਪ ਕੀਤੀ ਆ। ਉਹਨਾਂ ਦੇ ਕਰਕੇ ਅੱਜ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ। ਮੰਜ਼ਿਲ, ਚਲੋ ਵੈਸੇ ਇਹ ਵੀ ਕਿਹਾ ਜਾਂਦਾ ਨਾ ਮਾਨਸੀ ਕਿ ਟੀਨੇਜਰ ਏਜ ਜਿਹੜੀ ਹੁੰਦੀ ਉਹ ਫਾਊਂਡੇਸ਼ਨ ਪਾਰਟ ਹੁੰਦਾ। ਜੇ ਤੁਸੀਂ ਟੀਨੇਜਰ ਏਜ 'ਚ ਹੀ ਮਿਹਨਤ ਕਰੋ ਤਾਂ ਯੂਥ ਵਿੱਚ ਆਉਂਦੇ ਆਉਂਦੇ ਪਕੜ ਮਜ਼ਬੂਤ ਹੋ ਜਾਂਦੀ ਹੈ, ਬਹੁਤ ਤਜਰਬਾ ਹੋ ਜਾਂਦਾ। ਹੁਣ ਤੁਹਾਡਾ ਅੱਗੇ ਟੀਚਾ ਕੀ ਹੈ? ਹੁਣ ਮੈਂ ਨੋਨ ਮੈਡੀਕਲ ਕਰ ਰਹੀ ਹਾਂ, ਇਸ ਤੋਂ ਬਾਅਦ ਮੇਰਾ ਇੰਜੀਨੀਅਰਿੰਗ ਵਿੱਚ ਜਾਣ ਦਾ ਹੈਗਾ। ਫਿਰ ਨਕਸ਼ੇ ਮੁਕਸ਼ੇ ਦੁਨੀਆ ਦੇ ਚੇਂਜ ਕਰ ਦੂੰਗੇ ਹੈ? ਯੈਸ ਸਰ। ਠੀਕ ਹੈ, ਸਕੂਲ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਸਰ, ਮੇਰਾ ਸਕੂਲ ਬਹੁਤ ਵਧੀਆ ਹੈਗਾ, ਇੱਥੇ ਡਿਸਿਪਲਿਨ ਬਹੁਤ ਹੈਗਾ ਆ, ਸਟੱਡੀਜ਼ ਬਿਲਕੁਲ ਸੀਰੀਅਸਲੀ ਹੁੰਦੀਆਂ। ਕੰਪੀਟੀਸ਼ਨ ਕਿਸ ਨਾਲ ਰੱਖਦੀ ਸੀ ਮਾਨਸੀ ਕਿ ਮੇਰੀ ਫਰਾਨੀ ਫਰੈਂਡ ਹੈ ਉਹ ਮੇਰੇ ਤੋਂ ਅੱਛੇ ਮਾਰਕਸ ਲੈ ਜਾਂਦੀ ਆ, ਮੈਂ ਇਹਨੂੰ ਕੱਟਣਾ? ਕੰਪੀਟੀਸ਼ਨ ਤਾਂ ਕਿਸੇ ਨਾਲ ਵੀ ਨਹੀਂ ਸੀ, ਕੰਪੀਟੀਸ਼ਨ ਸਿਰਫ ਆਪਣੇ ਨਾਲ ਹੀ ਸੀ ਕਿ ਜਦੋਂ ਮੈਂ 90% ਲੈ ਕੇ ਆ ਰਹੀ ਹਾਂ ਤਾਂ ਨੈਕਸਟ ਟਾਈਮ ਮੈਂ ਕੋਸ਼ਿਸ਼ ਕਰੂੰਗੀ ਕਿ 90 ਤੋਂ ਅਵਾ ਵੀ ਲੈ ਕੇ ਆਵਾਂ। ਹੁਣ ਅਗਲਾ ਪਲਾਨ ਕੀ ਹੈ? ਮਤਲਬ ਨੋਨ ਮੈਡੀਕਲ ਵਿੱਚ ਫਿਰ ਟੌਪ ਕਰਨਾ? ਯੈਸ ਸਰ, ਕੋਸ਼ਿਸ਼ ਇਹੀ ਰਹੇਗੀ। ਯੈਸ। ਚਲੋ, ਤੁਹਾਡੇ ਫਾਦਰ ਸਾਹਿਬ ਨਾਲ ਨੇ, ਉਹਨਾਂ ਦੇ ਮਨ ਵਿੱਚ ਜਿਹੜੀ ਖੁਸ਼ੀ ਹੈ ਮੈਂ ਮਹਿਸੂਸ ਕਰ ਸਕਦਾ। ਸਰ, ਇੱਥੋਂ ਆ ਕੇ ਸੁਖਰਾਜ ਸਰ ਤੋਂ ਪਤਾ ਲੱਗਿਆ, ਕਹਿੰਦੇ ਫਾਦਰ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ, ਤੁਸੀਂ ਬਹੁਤ ਸਾਥ ਦਿੱਤਾ ਬੱਚੇ ਦਾ। ਯੈਸ ਸਰ। ਅੱਜ ਇੱਕ ਪਿਤਾ ਦੇ ਤੌਰ 'ਤੇ ਮਾਣ ਤਾਂ ਮਹਿਸੂਸ ਹੁੰਦਾ ਹੈ, ਲੇਕਿਨ ਮਨ ਦੇ ਭਾਵ ਕੀ ਇੱਕ ਵਾਰੀ ਸਾਂਝੇ ਕਰ ਦਿਓ। ਸਰ, ਮੈਂ ਬਹੁਤ ਆਪਣੀ ਬੇਟੀ ਲਈ ਗਰਵ ਕਰਦਾ ਹਾਂ ਅਤੇ ਮੈਨੂੰ ਬਹੁਤ ਖੁਸ਼ੀ ਆ ਕਿ ਇਹ ਜਿਹੜੇ ਕਿ ਅੱਛੇ ਨੰਬਰ ਲੈ ਕੇ ਜਾਣੀ ਕਿ ਇਹ ਪਾਸ ਹੋਈ ਹੈ। ਜੀ 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 ਜੀ
ਅੱਛੇ ਨਹੀਂ ਜੀ, ਬਹੁਤ 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 ਅੱਛੇ, ਜਿੱਦਾਂ ਅੱਜ ਕੱਲ੍ਹ ਨਹੀਂ ਪੁੱਛਦੇ ਕਹਿੰਦੇ ਹੋਰ ਯੂ ਆਮ ਐਕਸੀਲੈਂਟ, ਇਹ ਐਕਸੀਲੈਂਟ ਵਾਲੇ ਨੰਬਰ ਆ। ਥੈਂਕ ਯੂ ਸਰ ਜੀ। ਮੈਮ ਵੀ ਇੱਥੇ ਨਾਲ ਨੇ, ਮੈਨੂੰ ਮੇਰੇ ਨਾਲ ਪ੍ਰਿੰਸੀਪਲ ਮੈਮ ਤਜਿੰਦਰ ਕੌਰ ਜੀ ਨਜ਼ਰ ਆ ਰਹੇ ਨੇ। ਮੈਮ ਸਕੂਲ ਦਾ ਨਾਮ ਪ੍ਰਕਾਸ਼ ਰੋਸ਼ਨੀ, ਬੱਚੇ ਨੇ ਨਾਂ ਰੋਸ਼ਨ ਕੀਤਾ, ਔਰ ਟੀਚਰ ਵੀ ਕਹਿੰਦੇ ਇੱਕ ਮੋਮਬੱਤੀ ਤਰ੍ਹਾਂ ਹੁੰਦਾ, ਆਪਣਾ ਬਾਲ ਕੇ ਬੱਚੇ ਨੂੰ ਰੋਸ਼ਨ ਕਰਦਾ, ਸਮਾਜ ਨਿਰਮਾਤਾ ਹੁੰਦਾ, ਔਰ ਬੱਚੇ ਨੇ ਇੰਨਾ ਨਾਮ ਜਿਹੜਾ ਰੋਸ਼ਨ ਕੀਤਾ, ਉਹਦੇ ਬਾਰੇ ਕੀ ਕਹੋਗੇ ਜੀ? ਸਰ ਫਸਟ ਆਫ ਆਲ ਕੋਂਗਰੈਚੁਲੇਸ਼ਨਸ ਟੂ ਦਾ ਪੇਰੈਂਟਸ ਐਂਡ ਦ ਸਕੂਲ ਡਾਇਰੈਕਟਰ ਸਰ ਐਂਡ ਦ ਟੀਚਰਸ ਆਲਸੋ। ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਬੱਚੇ ਹੁੰਦੇ ਨੇ, ਬੇਸ਼ੱਕ ਬੱਚੇ ਨੇ ਸਾਡੇ ਸਕੂਲ ਦੇ ਨੇ ਨਾਮ ਰੋਸ਼ਨ ਕੀਤਾ, ਪਰ ਸਾਨੂੰ ਬਹੁਤ ਮਾਣ ਹੈ ਕਿ ਇਹਦੇ ਪਿੱਛੇ ਕੰਸਿਸਟੈਂਟ ਜਿਹੜੇ ਐਫਰਟਸ ਰਹੇ ਨੇ ਸਕੂਲ ਦੇ, ਟੀਚਰਸ ਦੇ ਔਰ ਪੇਰੈਂਟਸ ਦੇ ਵੀ। ਸੋ ਅਗਰ ਆਪਾਂ ਮਿਲਾ ਕੇ ਚੱਲੀਏ, ਇਫ ਯੂ ਵਾਂਟ ਕਿ ਅਵਰ ਚਾਈਲਡ ਸ਼ੁੱਡ ਸਕਸੀਡ, ਵੀ ਸ਼ੁੱਡ ਆਲ ਪੁੱਟ ਇਨ ਲੋਟ ਆਫ ਐਫਰਟਸ ਬਿਹਾਇੰਡ ਇਟ। ਇਨਪੁੱਟ ਬਹੁਤ ਹੈ ਜੀ ਆਊਟਪੁੱਟ ਵਾਸਤੇ। ਸੋ ਜੋ ਅੱਜ ਬੱਚਾ ਹਰੇਕ 17th ਰੈਂਕ ਲੈ ਕੇ ਆਇਆ ਫਰੋਮ ਦ ਹੋਲ ਪੰਜਾਬ, ਆਪਾਂ ਕਹਿ ਸਕਦੇ ਹਾਂ ਜੀ ਕਿ ਇਹਦੇ ਪਿੱਛੇ ਪੇਰੈਂਟਸ, ਸਕੂਲ ਐਂਡ ਬੱਚਾ ਖੁਦ ਵੀ, ਸ਼ੀ ਵਾਜ਼ ਅ ਵੈਰੀ ਡਿਸਿਪਲਿਨ ਚਾਈਲਡ ਐਂਡ ਸ਼ੀ ਵਾਜ਼ ਮੋਰ ਫੋਕਸਡ ਔਨ ਹਰ ਵਰਕ, ਦੈਟ ਇਜ਼ ਦ ਓਨਲੀ ਰੀਜ਼ਨ, ਵਿਦ ਹਰ ਹਾਰਡ ਵਰਕ ਬੀਂਗ ਫੋਕਸਡ ਐਂਡ ਵਿਦ ਕੰਸਿਸਟੈਂਸੀ, ਦੈਟ ਸ਼ੀ ਹੈਜ਼ ਬੀਨ ਏਬਲ ਟੂ ਅਟੇਨ ਹਰ 17th ਪੋਜੀਸ਼ਨ ਇਨ ਦ ਹੋਲ ਪੰਜਾਬ। ਤੁਹਾਡੇ ਮੈਡਮ ਬੋਲਣ ਦੇ ਲਹਿਜੇ ਤੋਂ ਵੀ ਤੁਹਾਡੀ ਡੈਡੀਕੇਸ਼ਨ ਦਾ ਪਤਾ ਲੱਗਦਾ, ਔਰ ਖਾਸ ਕਰ ਜਿਹੜੀ ਆ ਮੈਂ ਜੋ ਓਬਜ਼ਰਵ ਕਰ ਰਿਹਾ ਕਿ ਸਕੂਲ 'ਚ ਡਿਸਿਪਲਿਨ ਬਹੁਤ ਹੈ। ਜੀ ਸਰ, ਆਪਣੇ ਸਕੂਲ ਵਿੱਚ ਪ੍ਰਕਾਸ਼ ਮਾਡਲ ਸਕੂਲ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਸ ਤਰ੍ਹਾਂ ਬੱਚਾ ਘਰ ਤੋਂ ਨਿਕਲ ਕੇ ਉਹਨੂੰ ਇਹ ਫੀਲ ਨਾ ਹੋਏ ਕਿ ਬੱਚਾ ਸਕੂਲ ਆ ਰਿਹਾ। ਸਾਡੀ ਕੰਟੀਨਿਊਸ ਐਫਰਟ ਹੁੰਦੇ ਨੇ ਸਰ ਦੇ, ਟੀਚਰਸ ਦੇ, ਸਭ ਦੇ, ਕਿ ਅਸੀਂ ਬੱਚੇ ਨੂੰ ਇਸ ਤਰ੍ਹਾਂ ਰੱਖੀਏ ਸਕੂਲ ਦੇ ਵਿੱਚ ਕਿ ਉਹ ਆਪਣੇ ਪਰਿਵਾਰ 'ਚ ਹੈ ਲੇਕਿਨ ਉਹਦੇ ਨਾਲ ਨਾਲ ਕੁਝ ਅਬਿਲਿਟੀਜ਼ ਨੂੰ ਇਨਕਲਕੇਟ ਕਰ ਸਕੇ। ਜਿਵੇਂ ਤੁਹਾਡੇ ਕੋਲ ਬੱਚਾ ਮਾਨਸੀ ਬੈਠੀ ਹੈ ਇੱਥੇ, ਅਸੀਂ ਜਦੋਂ ਮੀਟਿੰਗ ਕਰਦੇ ਹਾਂ ਪੇਰੈਂਟਸ ਨੂੰ, 1-to-1 ਚਾਈਲਡ ਕੌਂਸਲ ਕਰਦੇ ਹਾਂ ਪੇਰੈਂਟਸ ਨੂੰ ਕਿ ਬੱਚੇ ਦੇ ਉੱਤੇ ਕਿਹੜੀ ਹੈਬਿਟ ਹੈ ਜਿਹਨੂੰ ਤੁਸੀਂ ਬੈਟਰ ਕਰ ਸਕਦੇ ਹੋ। ਤੁਸੀਂ ਦੇਖਿਆ ਮਾਨਸੀ ਪੜ੍ਹਨ 'ਚ ਬਹੁਤ ਅੱਛੀ ਹੈ, ਸ਼ੀ ਰੈਂਕ 17th, ਲੇਕਿਨ ਤੁਹਾਡੇ ਕੈਮਰੇ ਸਾਹਮਣੇ ਥੋੜ੍ਹਾ ਜਿਹਾ ਬੱਚਾ ਘਬਰਾ ਰਿਹਾ, ਜਦਕਿ ਸਟੇਜ 'ਤੇ ਆ ਕੇ ਬਹੁਤ ਅੱਛਾ ਬੋਲਦੀ ਸੀ ਮਾਨਸੀ ਜੀ। ਮੈਮ ਹਰ ਬੱਚੇ 'ਚ ਆਪਣਾ ਆਪਣਾ ਟੈਲੈਂਟ ਹੁੰਦਾ, ਪਰਮਾਤਮਾ ਵੱਲੋਂ ਹਰ ਬੱਚੇ ਨੂੰ ਅਲੱਗ ਤਰੀਕੇ ਨਵਾਜਿਆ ਜਾਂਦਾ, ਹੋਰ ਇੱਦਾਂ ਦੇ ਬੱਚੇ ਨਿਕਲ ਕੇ ਆਉਣ, ਉਹਦੇ ਲਈ ਹੁਣ ਸਕੂਲ ਕੀ ਐਫਰਟ ਕਰ ਰਹੇ ਨੇ? ਸਰ ਆਪਣੇ ਕੰਟੀਨਿਊਸ ਐਫਰਟ ਜਿਹੜੇ ਨੇ ਚੱਲ ਰਹੇ ਨੇ ਜੀ। ਅੱਜ ਵੀ ਅਸੀਂ ਦੱਸ ਰਹੇ ਹਾਂ ਕਿ ਜੋ 10th ਦੇ ਆਪਣੇ ਜਿਹੜੇ ਬਾਕੀ ਬੱਚਿਆਂ ਦਾ ਨਤੀਜਾ ਸਰ, ਉਹ ਵੀ 100% ਰਿਹਾ ਜੀ, ਸਾਰੇ ਬੱਚੇ ਪਾਸ ਹੋਏ ਨੇ। ਸੋ ਮੁਬਾਰਕ ਨਹੀਂ ਜੀ, ਕਦੇ ਵੀ ਅੱਜ ਤੱਕ ਮਤਲਬ ਕਿ ਬਹੁਤ ਰੇਅਰ ਕਦੇ ਨਹੀਂ ਹੁੰਦਾ ਬੱਚੇ 100% ਪਾਸ ਹੋਏ ਨੇ ਜੀ। ਔਰ ਜੋ ਬੱਚਾ ਵੀਕ ਹੁੰਦਾ ਸੀ ਉਹਦੇ ਉੱਤੇ ਅਬਿਲਿਟੀ ਉਸ ਹਿਸਾਬ ਨਾਲ ਕਰਦੇ ਹਾਂ। ਸਾਡਾ ਇਹ ਬੱਚਾ ਥੋੜ੍ਹਾ ਬ੍ਰਾਈਟ ਸੀ, ਇਹਦੇ ਵਰਗੇ ਬਹੁਤ ਬੱਚੇ ਨੇ, ਮਾਨਸੀ ਨੂੰ ਪਤਾ ਇਹਦੀ ਕਲਾਸ ਦੇ ਵਿੱਚ ਕਾਫੀ ਬੱਚੇ ਨੇ ਜੋ ਬੜੇ ਕਲੋਜ਼ ਨੇ ਇਹਦੇ, ਜਸਟ 2-3 ਮਾਰਕਸ ਤੋਂ ਹੀ ਬੱਚਾ ਬਾਕੀ ਦੇ ਬੱਚੇ ਰਹਿ ਗਏ ਨੇ। ਬਟ ਸਾਡਾ ਟਾਰਗੇਟ ਰਹੇਗਾ ਪਲੱਸ 2 ਦੇ ਵਿੱਚ, ਅਸੀਂ 1 ਸਾਲ ਬਾਅਦ ਅੱਛਾ ਮੈਰਿਟ ਲੈ ਕੇ ਆਈਏ। 8th ਦਾ ਰਿਜ਼ਲਟ ਆਏਗਾ, ਸਾਨੂੰ ਵੇਟਿਡ ਰਹੇਗਾ ਰਿਜ਼ਲਟ, ਸਾਡੇ ਬੱਚੇ ਸ਼ਾਇਦ ਉਹ 'ਚ ਵੀ ਆਉਣਗੇ ਜੀ। ਐਂਡ ਸਾਡੀ ਹਮੇਸ਼ਾ ਆਸ ਰਹੇਗੀ ਕਿ ਅਸੀਂ ਹੋਰ ਮਿਹਨਤ ਕਰੀਏ ਡੈਡੀਕੇਸ਼ਨ ਦੇ ਨਾਲ, ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਅੱਛੀ ਮੈਰਿਟਸ ਦੇਈਏ ਅਤੇ ਬੱਚੇ ਹੋਰ ਅੱਛੇ ਮੁਕਾਮ ਨੂੰ ਹਾਸਲ ਕਰ ਸਕਣ। ਲਾਸਟ ਸਵਾਲ ਅਸੀਂ ਕਲੀਅਰ ਕਰਨਾ ਚਾਹੁੰਦੇ, ਜਿਹੜੇ ਸਾਡੇ ਪਰਿਵਾਰਕ ਮੈਂਬਰ ਘਰ ਬਹਿ ਕੇ ਦੇਖ ਰਹੇ ਆ, ਸੈਂਟਰ ਪ੍ਰਕਾਸ਼ ਮਾਡਲ ਸਕੂਲ 'ਚ ਨਹੀਂ ਬਣਿਆ ਸੀ? ਨਹੀਂ ਸਰ, ਸੈਂਟਰ ਬਾਹਰ ਸੀ ਜੀ ਸਰ, ਜੋ ਸਾਡਾ ਸੈਂਟਰ ਸੀ ਗੌਰਮੈਂਟ ਸਕੂਲ ਬਣਿਆ ਸੀ ਜੀ, ਜਿੱਥੇ ਬੱਚਿਆਂ ਨੇ ਬਹੁਤ ਹੀ ਆਪਣੇ ਡਿਸਿਪਲਿਨ ਦੇ ਨਾਲ ਆਪਣੇ ਪੇਪਰ ਦਿੱਤੇ ਔਰ ਬੱਚਿਆਂ ਦਾ ਰਿਜ਼ਲਟ ਵੀ ਬਹੁਤ ਅੱਛਾ ਹੈ। ਸੋ ਵਾਂਸ ਅਗੇਨ ਆਈ ਕੋਂਗਰੈਚੁਲੇਟ ਟੂ ਦ ਸਕੂਲ ਅਥਾਰਟੀਜ਼, ਟੂ ਯੂ ਆਲਸੋ, ਥੈਂਕਸ ਟੂ ਦ ਯੋਰ ਟੀਮ ਸੂਰੀ ਸਾਹਿਬ ਐਂਡ ਫੈਮਿਲੀ, ਪੇਰੈਂਟਸ ਆਲਸੋ, ਐਂਡ ਆਈ ਜਸਟ ਲਾਈਕ ਟੂ ਸੇ ਵਨ ਥਿੰਗ ਦੈਟ ਟੂ ਦ ਆਲ ਪੇਰੈਂਟਸ। ਥੈਂਕ ਯੂ ਮੈਮ, ਔਰ ਤੁਹਾਨੂੰ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਮਹਿਸੂਸ ਕਰ ਸਕਦਾ ਕਿ ਪਹਿਲੇ ਦਿਨ ਬੱਚੇ ਨੂੰ ਸਕੂਲ ਆਉਣ ਲੱਗੇ ਡਰ ਜ਼ਰੂਰ ਲੱਗਦਾ ਹੋਊਗਾ, ਲੇਕਿਨ ਸਕੂਲ ਬੱਚੇ ਦਾ ਪੂਰਾ ਡਰ ਜਿਹੜਾ ਰੈਡੀਕੇਟ ਕਰ ਦਿੰਦਾ। ਥੈਂਕ ਯੂ ਮੈਮ। ਪ੍ਰਕਾਸ਼ ਮਾਡਲ ਸਕੂਲ ਵਿੱਚ ਚਾਰੇ ਪਾਸੇ ਮੌਜ ਬਹਾਰਾਂ, ਖੁਸ਼ੀਆਂ ਮਹਿਸੂਸ ਕਰ ਪਾ ਰਹੇ ਕਿਉਂਕਿ ਮਾਨਸੀ ਮੈਰਿਟ ਵਿੱਚ ਆਈ ਹੈ। ਕੰਟੀਨਿਊਸ ਐਫਰਟਸ ਆ ਤੁਹਾਡੇ ਐਫਰਟਸ, ਮੈਂ ਬੜੀ ਨਜ਼ਦੀਕੀ ਤੋਂ ਦੇਖਿਆ, ਤੁਸੀਂ ਕੀ ਕਹਿਣਾ ਚਾਹੋਗੇ ਮਾਨਸੀ ਦੇ ਜਿਹੜੀ ਉਪਲਬਧੀ ਹੈ?
ਸੂਰੀ ਸਾਹਿਬ, ਇਹਦੇ ਲਈ ਸਭ ਤੋਂ ਪਹਿਲਾਂ ਤਾਂ ਹਾਰਡਵਰਕ, ਡਿਸਿਪਲਨ, ਇੰਟੀਗ੍ਰੇਸ਼ਨ, ਕੋਹੈਸਿਵਨੈਸ, ਇਹ ਚੀਜ਼ਾਂ ਰਿਜ਼ਲਟ ਦੇ ਲਈ, ਅਕੈਡਮਿਕ ਪਰਫੋਰਮੈਂਸ ਦੇ ਲਈ ਬਹੁਤ ਜ਼ਰੂਰੀ ਹੈ। ਅਤੇ ਇਹਦਾ ਜਿਹੜਾ ਕ੍ਰੈਡਿਟ ਆ ਉਹ ਸਕੂਲ ਨੂੰ, ਟੀਚਰਸ ਨੂੰ ਅਤੇ ਮੋਰਓਵਰ ਸਭ ਤੋਂ ਵੱਧ ਪੇਰੈਂਟਸ ਨੂੰ ਜਾਂਦਾ, ਜਿਹੜਾ ਕਿ ਇਹੋ ਜਿਹਾ ਡਿਸਿਪਲਿਨ ਘਰ ਦੇ ਵਿੱਚ ਵੀ ਬਣਾਉਂਦਾ ਆ। ਅਤੇ ਬੱਚਾ ਬਹੁਤ ਫੋਕਸ ਆ ਐਂਡ ਪਰਫੋਰਮ ਵੀ ਆ, ਬਹੁਤ ਅੱਛਾ ਕੀਤਾ। ਜਦੋਂ ਕੋਈ ਵੀ ਟੀਚਰ, ਕਿਸੇ ਵੀ ਸਬਜੈਕਟ ਦਾ ਟੀਚਰ ਬੱਚੇ ਦੀ ਕੋਈ ਵੀਕਨੈਸ ਦੱਸਦਾ, ਬੱਚਾ ਉਸਨੂੰ ਇੰਪਰੂਵ ਕਰਦਾ, ਉਹ ਰਿਜ਼ਲਟ ਦਿੰਦਾ ਆ। ਅਤੇ ਮਾਨਸੀ ਇਸ ਕਰਕੇ ਅੱਛੇ ਨੰਬਰ ਲਏ ਨੇ, ਮੈਰਿਟ ਦੇ ਵਿੱਚ ਆਈ ਆ, ਸਾਡਾ ਅਤੇ ਸਕੂਲ ਦਾ ਅਤੇ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ। ਮਤਲਬ ਜਿਹੜੇ ਬੱਚੇ 'ਚ ਡਿਫਰੈਂਟ ਜਿਹੜੀ ਸਪਾਰਕ ਹੈ, ਤੁਸੀਂ ਉਹਨੂੰ ਇਨਹੈਂਸ ਕਰਨ ਦੀ ਕੋਸ਼ਿਸ਼ ਕਰਦੇ ਹੋ, ਔਰ ਜਿੱਥੇ ਕਿਤੇ ਪ੍ਰੋਬਲਮ ਵਾਲੇ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ। ਯੈਸ ਯੈਸ, ਅਸੀਂ ਨਾ ਸਕੂਲ ਦੇ ਵਿੱਚ ਸੈਕਸ਼ਨਸ ਬਣਾਏ ਹੋਏ ਨੇ ਬੱਚਿਆਂ ਦੇ, ਸੈਕਸ਼ਨ ਏ ਐਂਡ ਬੀ। ਏ ਸੈਕਸ਼ਨ ਦੇ ਵਿੱਚ ਸਾਰੇ ਇੰਟੈਲੀਜੈਂਟ ਬੱਚੇ, ਉਹਨਾਂ ਦਾ ਕੰਪੀਟੀਸ਼ਨ ਹੁੰਦਾ ਆਪਸ ਵਿੱਚ ਹੀ। ਅਤੇ ਬੀ ਸੈਕਸ਼ਨ ਦੇ ਵਿੱਚ ਜਿਹੜੇ ਥੋੜ੍ਹੇ ਬੱਚੇ ਐਵਰੇਜ ਆ ਜਾਂ ਵੀਕ ਆ, ਉਹਨਾਂ ਨੂੰ ਉਹਦੇ ਹਿਸਾਬ ਨਾਲ ਸਿਲੇਬਸ ਕਰਵਾਇਆ ਜਾਂਦਾ। ਇਹ ਬੱਚਾ ਅੱਛੇ ਮਾਰਕਸ ਆਉਣ ਦਾ ਕਾਰਨ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਐਂਡ ਟੀਚਰਸ ਹੈਲਦੀ ਕੰਪੀਟੀਸ਼ਨ, ਬਿਲਕੁਲ ਹੈਲਦੀ ਕੰਪੀਟੀਸ਼ਨ, ਜਿਹਦੇ ਨਾਲ ਬੱਚਿਆਂ ਦੇ ਵਿੱਚ ਕੌਨਫੀਡੈਂਸ ਵੀ ਡਿਵੈਲਪ ਹੋਵੇ। ਕੰਪੀਟੀਸ਼ਨ ਨੈਗੇਟਿਵ ਨਹੀਂ ਆਪਾਂ ਕਰਨਾ, ਹੈਲਦੀ ਕੰਪੀਟੀਸ਼ਨ ਹੀ ਕਰਨਾ ਹੈਗਾ ਜੀ। ਮਾਨਸੀ, ਤੁਹਾਡੇ ਜਿਹੜੇ ਮੈਂਟਰ ਨੇ, ਤੁਹਾਡੇ ਟੀਚਰ ਨੇ, ਉਹਨਾਂ ਨੇ ਤੁਹਾਡੀ ਬੜੀ ਤਾਰੀਫ ਕੀਤੀ ਆ, ਕਹਿੰਦੇ ਤੁਸੀਂ ਬਹੁਤ ਫੋਕਸਡ ਹੋ। ਪਰ ਮੈਨੂੰ ਇੱਕ ਸੱਚੀ ਗੱਲ ਦੱਸਣੀ, ਜਿਹੜੇ ਘਰ ਬਹਿ ਕੇ ਤੁਹਾਡੇ ਨਿੱਕੇ ਭੈਣ ਭਰਾ ਦੇਖ ਰਹੇ, ਜਿਹਨਾਂ ਨੂੰ ਤੁਹਾਨੂੰ ਦੇਖ ਕੇ ਆਪਣੀ ਤਿਆਰੀ ਕਰਨੀ ਹੈ, ਸੋਸ਼ਲ ਮੀਡੀਆ ਕਿੰਨਾ ਕੁ ਯੂਜ਼ ਕਰਦੇ ਸੀ? ਸੋਸ਼ਲ ਮੀਡੀਆ ਨਹੀਂ ਸਿਰਫ ਪੜ੍ਹਾਈ ਲਈ ਯੂਜ਼ ਕਰਦੇ ਸੀ ਫੋਨ, ਕਿ ਫੋਨ ਨੂੰ ਗੇਮ ਗੂਮ ਲਈ ਵੀ ਯੂਜ਼ ਕਰਦੇ ਸੀ? ਪੜ੍ਹਾਈ ਲਈ ਸਿਰਫ, ਕੋਈ ਚੀਜ਼ ਜੋ ਨਹੀਂ ਸਮਝ ਆ ਰਹੀ ਆ ਉਹ ਦੇਖਦੇ ਸੀ। ਪਰ ਅੱਜ ਕੱਲ੍ਹ ਦੇ ਛੋਟੇ ਛੋਟੇ ਬੱਚੇ ਤਾਂ ਫੋਨ 'ਤੇ ਗੇਮ, ਰੀਲਸ ਦੇ ਉੱਤੇ ਬਹੁਤ ਸਮਾਂ ਸਪੈਂਡ ਕਰਦੇ ਆ, ਤੁਸੀਂ ਨਹੀਂ ਕਰਦੇ ਸੀ? ਨਹੀਂ, ਫੋਕਸ ਸੀ ਗੇਮ ਪੂਰਾ। ਯੈਸ ਸਰ। ਭਾਜੀ, ਤੁਹਾਨੂੰ ਤਾਂ ਨਹੀਂ ਕੋਈ ਦਿੱਕਤ ਆਈ ਕਿ ਤੁਹਾਡੀ ਬੇਟੀ ਇੱਦਾਂ ਵੀ ਫੋਨ 'ਤੇ ਲੱਗੀ ਰਹੀ, ਤੁਹਾਨੂੰ ਕਦੀ ਸਮਝਾਉਣਾ ਪਿਆ, ਝਿੜਕਣਾ ਪਿਆ ਕਿ ਆਪਣੇ ਆਪ ਹੀ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਦਾ ਟੀਚਰ ਇਹ ਕੰਮ ਆਪਣਾ ਕਰਦੀ ਸੀ, ਆਪਣਾ ਸਟੱਡੀ ਆਪਣੇ ਸੀਰੀਅਸਲੀ ਆਪਣਾ ਕਰਦੀ ਸੀ। ਅੱਛਾ, ਜਿੰਨੇ ਸਰਲ ਜਿੰਨੇ ਸਿੰਪਲ ਤੁਸੀਂ ਹੋ, ਉਹ ਸਿੰਪਲੀਸਿਟੀ ਮਤਲਬ ਇੱਧਰ ਵੀ ਟ੍ਰਾਂਸਫਰ ਹੋ ਗਈ ਹੈ। ਔਰ ਮੇਰੇ ਦਿਲੋਂ ਇੱਕ ਦੁਆ ਨਿਕਲ ਰਹੀ ਹੈ, ਦੇਖੋ ਇੱਕ ਦਿਨ ਤੁਹਾਡੀ ਬੇਟੀ ਨੇ ਤੁਹਾਡਾ ਨਾਮ ਕਿੰਨਾ ਰੋਸ਼ਨ ਕਰਨਾ। ਇਹ ਮਾਨਸੀ ਨਹੀਂ, ਮਾਨਸੀ ਸੀ, ਮਾਨਸੀ ਹੈ, ਔਰ ਸਾਡਾ ਮਾਣ ਰਹੇਗਾ ਵੀ। ਥੈਂਕ ਯੂ ਸਰ ਜੀ। ਔਰ ਜਾਂਦੇ ਜਾਂਦੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਜ਼ਿੰਦਗੀ ਵਿੱਚ ਜ਼ਰੂਰੀ ਨਹੀਂ ਕਿ ਲਿਫਟ ਦਾ ਹੀ ਤੁਸੀਂ ਉੱਪਰ ਜਾਓ, ਲਿਫਟ ਵਿੱਚ ਜਾਣਾ ਹੀ ਨਹੀਂ ਚਾਹੀਦਾ, ਜ਼ਿੰਦਗੀ ਦੀ ਲਿਫਟ ਖਰਾਬ ਹੋਣੀ ਚਾਹੀਦੀ। ਤੁਸੀਂ ਇੱਕ ਇੱਕ ਸਟੈਪ ਉੱਤੇ ਚੜ੍ਹੋ, ਔਰ ਜਦ ਤੁਸੀਂ ਇੱਕ ਇੱਕ ਸਟੈਪ ਉੱਤੇ ਚੜ੍ਹਦੇ ਆ, ਤੁਹਾਡੇ ਕੋਲ ਇੱਕ ਵੱਖਰਾ ਤਜ਼ਰਬਾ ਆਉਂਦਾ, ਜਿਹੜਾ ਤਜ਼ਰਬਾ ਤੁਹਾਡੇ ਕੋਲੋਂ ਕਦੀ ਕੋਈ ਖੋ ਨਹੀਂ ਸਕਦਾ। ਔਰ ਜਿਹੜੀ ਇਹ ਖੁਸ਼ੀ ਆ, ਇਹ ਵੀ ਤੁਹਾਡੇ ਕੋਲ ਕੋਈ ਖੋ ਨਹੀਂ ਸਕਦਾ, ਕਿਉਂਕਿ ਤੁਹਾਡੀ ਬੇਟੀ ਨੇ ਮਿਹਨਤ ਨਾਲ ਇਹ ਖੁਸ਼ੀ ਜਿਹੜੀ ਆ ਤੁਹਾਡੇ ਘਰ ਵਿੱਚ ਲਿਆਂਦੀ ਆ। ਉਮੀਦ ਕਰਦੇ ਤੁਹਾਡੀ ਬੇਟੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ, ਕਿਉਂਕਿ ਰਾਤ ਨੂੰ ਬੱਚੇ ਜ਼ਿਆਦਾ ਪੜ੍ਹਦੇ ਹਨ, ਔਰ ਤੁਹਾਡਾ ਨਾਂ ਇਸੇ ਤਰੀਕੇ ਹੋਰ ਰੋਸ਼ਨ ਕਰੇ। ਬਹੁਤ ਸ਼ੁਕਰੀਆ ਬੜੇ ਜਾਣਾ ਵੀ ਪਤੀ ਨਵਾਂ ਸ਼ਹਿਰ ਨੂੰ ਛੋਟੀ ਦਿਨੇ ਸੂਰੀ ਕੈਮਰਾ ਪਰਸਨ ਜੀ ਹੁਣ ਜਦੋਂ ਬੋਲੀ ਫਿਰ ਤੁਹਾਨੂੰ ਸਤਿ ਸ਼੍ਰੀ ਅਕਾਲ ਰੱਖਾ।